کہ سے سیانے آخیا سی نا جس قوم نے گراؤنڈ آباد ہون نا اس قوم نے اسپتال ویران ہوئے۔ ਅੱਜ ਦੇ ਦੌਰ ਵਿੱਚ ਅਸਾਂ ਦੇ ਬੱਚੇ 70% ਖੇਲਾਂ ਅਤੇ ਗਰਾਊਂਡਾਂ ਤੋਂ ਦੂਰ ਹਨ, ਜਿਸ ਦਾ ਨੁਕਸਾਨ ਘਰ ਵਿੱਚ ਟੀ ਵੀ, ਟੈਬਲੇਟ, ਗੇਮਸ ਜਿਹੜੇ ਉਹਨਾਂ ਦੀ ਜ਼ਹਿਨੀ ਤੌਰ ਪਰ ਅਤੇ ਜਿਸਮਾਨੀ ਤੌਰ ਪਰ ਕਮਜ਼ੋਰ ਕਰਨੇ ਪਏ। ਵਿਜਨ ਅਗੇਨ ਫੁੱਟਬਾਲ ਅਕੈਡਮੀ ਨੇ ਕੋਚ ਮੁਹੰਮਦ ਰਿਜ਼ਵਾਨ ਇਹਨਾਂ ਗਰਾਊਂਡਾਂ ਕੀ ਆਬਾਦ ਕਰਨ ਦੀ ਕੋਸ਼ਿਸ਼ਾਂ ਕਰਨ ਲੱਗੇ ਹਨ, ਜਿਨ੍ਹਾਂ ਵਿੱਚ ਇੱਕ ਕੋਸ਼ਿਸ਼ ਉਹਨਾਂ ਦੀ ਮਿੰਨੀ ਮੈਰਾਥਨ ਰੇਸ ਸੀ। ਇਹ ਮਿੰਨੀ ਮੈਰਾਥਨ ਰੇਸ ਅੰਡਰ 5, ਅੰਡਰ 16 ਔਰ ਅੰਡਰ 13 ਦੇ ਬੱਚਿਆਂ ਵਿੱਚ ਕਰਵਾਈ ਗਈ ਹੈ, ਜਿਸ ਨੇ ਵਿੱਚ ਤਕਰੀਬਨ 200+ ਬੱਚੇ ਹਿੱਸਾ ਕਹਿੰਦਾ। ਮੁਕਾਬਲਿਆਂ ਨੇ ਬੱਚਿਆਂ ਵਿੱਚ ਨਾ ਸਿਰਫ ਜਿਸਮਾਨੀ ਜ਼ਹਿਨੀ ਤੰਦਰੁਸਤੀ ਪੈਦਾ ਹੋਣੀ ਹੈ, ਬਲਕਿ ਬੱਚੇ ਖੇਲਾਂ ਵਿੱਚ ਮਸ਼ਹੂਰ ਰਹਿਣ ਨਾਲ ਉਹ ਮੁਖਤਲਿਫ ਬਿਮਾਰੀਆਂ ਅਤੇ ਮੁਖਤਲਿਫ ਬੁਰਾਈਆਂ ਤੋਂ ਵੀ ਬਚੇ ਰਹੇ ਹਨ। ਵਿਜਨ ਅਗੇਨ ਫਾਊਂਡੇਸ਼ਨ ਨੇ ਇਹਨਾਂ ਕੋਸ਼ਾਂ ਵਾਸਤੇ ਇਹ ਇਲਾਕਾ ਕਿ ਇਹਨਾਂ ਨਾਲ ਤਾਮਨ ਕਰਨਾ ਚਾਹੀਦਾ, ਕਿਉਂਕਿ ਇਹ ਕੋਸ਼ਾਂ ਸਾਰੇ ਬੱਚਿਆਂ ਵਾਸਤੇ, ਉਹਨਾਂ ਨੇ ਸਿਹਤ ਵਾਸਤੇ ਔਰ ਉਹਨਾਂ ਨੇ ਫਿਊਚਰ ਵਾਸਤੇ ਬਹੁਤ ਹੀ ਜ਼ਰੂਰੀ ਹੈ।